ਮੈਂ ਤਾਂ ਗਵਾਇਆ ਨਾ ਤੂੰ ਵੀ ਲੈਣਾ ਕਿੱਥੇ ਆ ਮੰਗੇ ਤੇਰੇ ਹੱਥ ਰੰਗੇ ਭੈਣੇ ਆਪਾਂ ਇੱਕ ਨਾ ਇੱਕ ਲੈਨ ਵੀ ਬੋਲਣੀ ਆ ਕਹਿਣਾ ਪੈਣਾ ਮੈਂ ਕਿਹਾ ਮੇਰੀ ਭੈਣ ਆ ਨਾ ਇਹ ਦੱਸਦਾ ਹੁਣ ਤੈਨੂੰ ਆ ਜਾ ਆ ਤਾਂ ਸਹੀ ਆ ਨਾ ਬੋਲੀ ਕੋਈ ਮੂੰਹ ਹਿਲਾ ਦੀ ਕੋਈ ਲੈ ਜਾ ਉਹ ਰੱਬ ਨੇ ਦਿੱਤੀਆਂ ਗਾਜਰਾਂ ਆ ਜਾ ਭੈਣੇ ਵਿੱਚ ਹੀ ਰੰਬਾ ਰੱਖ ਰੱਬ ਨੇ ਦਿੱਤੀਆਂ ਗਾਜਰਾਂ ਜ਼ੋਰਦਾਰ ਤਾੜੀ ਵੇ ਕਿਉਂਕਿ ਇੱਕ ਪਰਿਵਾਰ ਦੇ ਵਿੱਚੋਂ ਕੋਈ ਖਿਡਾਰੀ ਕੋਈ ਵਧੀਆ ਅਹੁਦੇਦਾਰ ਰਾਜਨੀਤਿਕ ਕੋਈ ਧਰਮ ਨੂੰ ਮੰਨਣ ਵਾਲਾ ਕੋਈ ਖੇਡਾਂ ਨੂੰ ਪਿਆਰ ਕਰਨ ਵਾਲਾ ਕੋਈ ਫਕਰਾਂ ਦੀ ਰੂਹ ਨੂੰ ਪਛਾਣਨ ਵਾਲਾ ਇਨਸਾਨ ਜੰਮ ਪਵੇ ਉਹਦੀਆਂ ਕਈ ਕੁੱਲਾਂ ਤਰ ਜਾਂਦੀਆਂ ਨੇ ਸੋ ਐਸ ਕੌਰ ਔਰ ਮੰਗਾ ਭਾਈ ਦੇ ਪਰਿਵਾਰ ਦੇ ਨਾਲ ਜ਼ੋਰਦਾਰ ਤਾੜੀ ਮੈਂ ਇਹਨੂੰ 20 ਵਾਰ ਕਹਿੰਦਾ ਨਾ ਵੀ ਜਦ ਪ੍ਰੋਗਰਾਮ ਤੇ ਜਾਣਾ ਹੁੰਦਾ ਨਾ ਹਾਂ ਹੁਣ ਮੈਂ ਅੱਜ ਕਹਿਣਾ ਤਾਂ ਨਹੀਂ ਕਿਉਂਕਿ ਨੇੜੇ ਆ ਆ ਜਾ ਤੂੰ ਆ ਜਾ ਮੜਿਆ ਤੇਰੇ ਨਾਲ ਜੱਫੀਆਂ ਪਾ ਲੈਂਦੇ ਚਾਰ ਆ ਜਾ ਪਿਓ ਦਾ ਪੁੱਤ ਪਰਸੋਂ ਦਾ ਫੇਸ਼ੀਅਲ ਕਰਾਈ ਫਿਰਦਾ ਵੀ ਅੱਜ ਮਿਲਣਾ ਆਤਮੇ ਨੂੰ ਉਹ ਇੱਕ ਨਹੀਂ ਕਹੀਦਾ ਕਿਹੜੀ ਗੱਲ ਆ ਯਾਰ ਮਿਹਨਤ ਦੇ ਨਾਂ ਤੇ ਜ਼ੋਰਦਾਰ ਤਾੜੀ ਨਹੀਂ ਨਹੀਂ ਮੈਂ ਹਾਂ ਗੱਲੇ ਕੋਈ ਯਾਰ ਜਿਉਂਦਾ ਬਹਾਦਰ ਹੈ ਪਰਮਾਤਮਾ ਲੰਬੀ ਉਮਰ ਦੇਵੇ ਤੰਦਰੁਸਤੀ ਦੇਵੇ ਮੰਗੇ ਖੜ ਨਾਲ ਇੱਧਰ ਤੇਰਾ ਕਰੀਏ ਟਰੈਕ ਸੂਟ ਜਾਂ ਲੋਟ ਇੱਧਰ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਤਾਂ ਜੀਨ ਪਾਈ ਹੀ ਆ ਉਹ ਵੀ ਅਮੈਰੀਕਨ ਹੀ ਚੱਲਦੀ ਆਹ ਪਿਓ ਦਾ ਪੁੱਤ ਕੀ ਕਹਿੰਦੇ ਇਹਨੂੰ ਲੋਰ ਫੋੜ ਮਾੜਾ ਮੋਟਾ ਪੈਰੀ ਹੱਥ ਲਾ ਲਾ ਉਹ ਗੱਲਾਂ ਬਾਅਦ ਦੀਆਂ ਲਾ ਪੈਰੀ ਹੱਥ ਲਾ ਇਹਨੇ ਤੇਰਾ ਕੰਮ ਸਿਰੇ ਚੜਾਇਆ ਨਹੀਂ ਚੜ੍ਹਨਾ ਨਹੀਂ ਸੀਗਾ ਆਹੋ ਥੈਂਕ ਯੂ ਭੈਣੇ ਥੈਂਕ ਯੂ ਬੈਠੋ ਬੈਠੋ ਮੈਨੂੰ ਦੱਸ ਆਤਮੇ ਵੇ ਮੈਂ ਕਿੰਨੀ ਸੋਹਣੀ ਬਾਬਾ ਸਟੋਰੀ ਬਣੀ ਦੱਸ ਦਵਾਂ ਇੱਕ ਬੰਦੇ ਨੇ ਭੁਲੇਖੇ ਨਾਲ ਕਿਤੇ ਦੋ ਵਿਆਹ ਕਰਾ ਲਏ ਵਾਹਿਗੁਰੂ ਨਾ ਕਹੇ ਰਾਮ ਰਾਮ ਕਰ ਕਿਉਂਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੁੰਦਾ ਅਸੀਂ ਸਿੱਖ ਧਰਮ 'ਚ ਪੈਦਾ ਹੋਏ ਹਾਂ ਇੱਕੋ ਇੱਕ ਧਰਮ ਆ ਜਿਹੜਾ ਸਾਰੇ ਧਰਮਾਂ ਨੂੰ ਪਿਆਰ ਕਰਦਾ ਇਸ ਕਰਕੇ ਇੱਕ ਵਿਆਹ ਤਾਂ ਉਹਨੇ ਆਨੰਦ ਕਾਰਜ ਐਨ ਪੂਰੀ ਮਰਿਆਦਾ ਦੇ ਨਾਲ ਆਨੰਦ ਕਾਰਜ ਕਰਾ ਕੇ ਕਰ ਲਿਆ ਬਾਬਾ ਤੇਰੇ ਵਾਂਗੂ ਕਿਤੇ ਨੌਕਰੀ ਕਰਦਾ ਸੀ ਉਹ ਵੀ ਜਦੋਂ ਨੌਕਰੀ ਤੇ ਜਾ ਕਰੇ ਕਿਤੇ ਲੇਟ ਫੇਟ ਕਿਤੇ ਕੁਰਸੀ ਨਾ ਕੁਰਸੀ ਖਹਿ ਗਈ ਕਿਤੇ ਮੇਜ਼ ਨਾ ਮੇਜ਼ ਖਹਿ ਗਿਆ ਕਿਤੇ ਜੁੱਤੀ ਚੋਰੀ ਹੋ ਗਈ ਕਿਤੇ ਰੋਟੀ ਚੋਰੀ ਹੋ ਗਈ ਉਹ ਕਹਿੰਦੀ ਵੱਟ ਯੂਅਰ ਨੇਮ ਕਦ ਮਾਈ ਨੇਮ ਇਜ਼ ਆਤਮਾ ਸਿੰਘ ਫਿਰ ਅੰਗਰੇਜ਼ੀ ਬੋਲੀ ਕਹਿੰਦੀ ਯੂਅਰ ਮੈਰਿਡ ਕਾ ਜੀ ਵਨ ਐਂਡ ਹਾਫ ਉਹ ਕਹਿੰਦੀ ਇਹ ਕਿਹੜੀ ਮੈਰਿਜ ਆ ਕਹਿੰਦਾ ਇੱਕ ਨਾਲ ਸਹੀ ਆ ਅੱਧਾ ਕੁ ਹਿਸਾਬ ਕਿਤਾਬ ਮੇਰਾ ਹਜੇ ਖਤਮ ਹੋਇਆ ਫਿਰ ਉਹ ਕਹਿੰਦੀ ਬਈ ਆਈ ਇੰਟਰਸਟਡ ਫਾਰ ਯੂ ਕਹਿੰਦਾ ਓਕੇ ਜਾਂ ਦੋ ਤਿੰਨ ਵਾਰ ਓਕੇ ਕਿਹਾ ਜਦ ਨੂੰ ਕਿਤੇ ਗਰਮੀ ਦੀਆਂ ਛੁੱਟੀਆਂ ਆ ਗਈਆਂ ਸ਼ਿਮਲੇ ਚਲੇ ਗਏ
ਜਦੋਂ ਸ਼ਿਮਲੇ ਜਾ ਕੇ ਪਹਿਲੀ ਉਹ ਪਾਉਂਦੇ ਨੇ ਉੱਥੇ ਜਾ ਕੇ ਇੱਕ ਉਹ ਵਰਦੀ ਜੀ ਪਾਉਂਦੇ ਹੁੰਦੇ ਨੇ ਲਾਲ ਜਿਹੀ, ਮੈਂ ਵੀ ਪਾਈ ਸੀ ਪਰ ਮੈਨੂੰ ਫੋਟੋਆਂ ਨਹੀਂ ਲੱਭਦੀਆਂ। ਉੱਥੋਂ ਜਾ ਕੇ ਜਦੋਂ ਵਰਦੀ ਪਾਈ, ਜਦੋਂ ਪਹਿਲੀ ਸੈਲਫੀ ਖਿੱਚ ਕੇ ਪਾਈ ਤੇ ਘਰ ਵਾਲੀ ਨੂੰ ਪਤਾ ਲੱਗ ਗਿਆ ਵੀ ਆਤਮਾ ਸਾਡਾ ਹੁਣ ਵਿਗੜ ਗਿਆ। ਕਹਿੰਦੀ ਕੋਈ ਗੱਲ ਨਹੀਂ, ਬੰਦਾ 100 ਵਾਰ ਗਲਤੀ ਕਰਦਾ, ਚਲੋ ਕੋਈ ਗੱਲ ਨਹੀਂ। ਉਹਨੂੰ ਫੋਨ ਕਰਕੇ ਕਹਿੰਦੀ ਆ ਜਾ। ਉਹਨੇ ਪਾਈ ਉਹ ਦੋ ਲਿਆਂਦੀ ਵਰਨ ਵਾਲਾ, ਕੀ ਕਹਿੰਦੇ ਹੁੰਦੇ ਨੇ ਚਰਨ ਵਾਲਾ, ਵਰਮਾਲਾ ਨਹੀਂ ਇੱਕ ਹੋਰ ਵੀ ਕਹਿੰਦੇ ਹੁੰਦੇ ਕੁਛ, ਹਾਲਾਤ ਜੈ ਮਾਲਾ। ਉਹਨੇ ਦੋ ਜੈ ਮਾਲਾ ਲਿਆਂਦੀਆਂ, ਪਾਈਆ ਤੇਲ ਲਿਆਂਦਾ, ਦਰਾਂ ਤੇ ਖੜ ਗਈ। ਜਦੋਂ ਆਉਂਦੇ ਦੂਰੋਂ ਉਹ ਤੇਲ ਜਿਹਾ ਡੋਲ ਕੇ, ਤੇਲ ਡੋਲ ਕੇ ਉੱਤੇ ਥੋੜ੍ਹੇ ਜਿਹੇ ਚੌਲ ਪਾ ਤੇ, ਥੋੜ੍ਹੇ ਜਿਹੇ ਜੌਂ ਪਾ ਤੇ, ਥੋੜ੍ਹੇ ਜਿਹੇ ਲੱਡੂ ਪਾ ਤੇ, ਕਹਿੰਦੀ ਆ ਜਾਵੇ ਮੇਰੇ ਪੁਰਾਣੇ ਘਰ ਵਾਲੇ ਆ। ਜਦੋਂ ਘਰੇ ਆਈ, ਜਦ ਉਹਨੇ ਪਾਇਆ ਉਹ ਹਾਰ ਜਿਹਾ ਪਾਇਆ, ਉਹ ਕਹਿੰਦੀ ਵੀ ਤੂੰ ਮੇਰੀ ਸਕੀ ਭੈਣ ਆ। ਜਿੱਥੋਂ ਮੁੰਡਾ ਨਹੀਂ ਕਹਿੰਦਾ, ਕੁੜੀ ਕਹਿੰਦੀ ਆ ਤੂੰ ਮੇਰੀ ਸਕੀ ਭੈਣ ਆ, ਜਿੱਥੇ ਦੋ ਰੋਟੀਆਂ ਮੈਂ ਖਾਂਦੀ ਹਾਂ ਤੂੰ ਖਾਈ, ਪਰ ਬੰਦਾ ਬਹੁਤ ਵਧੀਆ। ਜਦੋਂ ਇੰਨੀ ਗੱਲ ਕਹੀ, ਫਿਰ ਤਾਂ ਕਲਵੰਤ ਤੈਨੂੰ ਪਤਾ ਵੀ ਇੱਕੋ ਗੱਲ ਕਹਿੰਦੇ ਵੀ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਹੀ ਰੰਬਾ। ਸਵੇਰੇ ਨਹਾ ਧੋ ਕੇ ਫਿਰ ਇੱਕ ਦੂਜੇ ਤੋਂ ਪੁੱਛਦੀਆਂ ਨੇ ਵੀ ਆਪਦੇ ਘਰ ਵਾਲੇ ਤੋਂ, ਕਿਉਂ ਘਰ ਵਾਲਾ ਇੱਕ ਹੈ ਵੀ ਮੈਂ ਕਿੰਨੀ ਕੁ ਸੋਹਣੀ ਲੱਗਦੀ ਹਾਂ। ਪਹਿਲਾਂ ਪਹਿਲੇ ਘਰ ਵਾਲੀ ਪੁੱਛਦੀ ਆ, ਫਿਰ ਦੂਜੇ ਘਰ ਵਾਲੀ ਪੁੱਛਦੀ ਆ, ਜਾਣੀ ਇੱਕ ਬੇਨਤੀ ਜ਼ਰੂਰ ਆ ਵੀ ਇਹ ਪੰਗਾ ਨਾ ਲਿਓ, ਮਹਿੰਗਾ ਬਹੁਤ ਪੈਂਦਾ। ਸੁਲਾ ਪੇਸ਼ ਕਰਨ ਲੱਗਿਆ ਹੋ ਮੈਨੂੰ ਦੱਸ ਆਤਮੇ ਵੇ ਮੈਂ ਕਿੰਨੀ ਸੋਹਣੀ ਆਂ, ਹੋ ਮੈਨੂੰ ਦੱਸ ਸੋਹਣਿਆ ਵੇ ਮੈਂ ਕਿੰਨੀ ਸੋਹਣੀ ਆਂ। ਉਹ ਤੂੰ ਤਾਂ ਮੇਰੀ ਖਜੂਰ ਕੁੜੇ, ਤੂੰ ਤਾਂ ਲੱਗਦੀ ਜਾਮਣ ਨੀ, ਉਹ ਤੇਰੀ ਕੀ ਸਿਫਤ ਕਰਾਂ। ਹੋ ਮੈਨੂੰ ਦੱਸ ਸੋਹਣਿਆ ਵੇ ਮੈਂ ਕਿੰਨੀ ਸੋਹਣੀ ਆ। ਆਪਾਂ ਭੈਣ ਭਾਈ ਲੱਗਦੇ ਵਿਆਹ ਤੋਂ ਬਾਅਦ, ਬਾਈ 5-4 ਮਹੀਨੇ ਤਾਂ ਲੱਗਦਾ ਬੰਦਾ ਵੀ ਤੀਵੀਂ ਮਾਲਕ ਤੁਰੇ ਜਾਂਦੇ ਨੇ, ਤੇ ਸਾਲ ਕੁ ਬਾਅਦ ਐਂ ਲੱਗਦਾ ਹੁੰਦਾ ਵੀ ਸ਼ਾਇਦ ਰਿਸ਼ਤੇਦਾਰ ਤੁਰੇ ਜਾਂਦੇ ਨੇ। ਜਦੋਂ 5-7 ਸਾਲ ਵਿਆਹ ਨੂੰ ਹੋ ਜਾਂਦਾ, ਜੇਕਰ ਭੈਣ ਬੈਠੀ ਆ, ਉਦੋਂ ਬਾਅਦ ਤਾਂ ਦੋਨੇ ਭੈਣ ਭਰਾ ਲੱਗਦੇ ਹੁੰਦੇ ਨੇ। ਉਹ ਮੈਨੂੰ ਦੱਸ ਆਤਮੇ ਵੇ
ਭਾਗ ਮਾਨੇ ਉਹ ਨੀਤ ਇਹਦੀ ਆ ਮਾੜੀ। ਗਾਜਰਾਂ ਗਲੀਆਂ ਹੁੰਦੀਆਂ ਉਹ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚ ਹੀ ਰੰਭਾ ਰੱਖ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚ ਹੀ ਰੰਭਾ ਰੱਖ ਮਿੱਤਰੋ ਦੂਜਾ ਵਿਆਹ ਕਰਵਾ ਕੇ ਕਦੇ ਨਾ ਮਿਲਦੀ ਤੱਤੀ ਰੋਟੀ ਬਹਿ ਜਾ ਠੰਡੀਆਂ ਖਾ ਕੇ ਮਾਣ ਵਾਲੀ ਗੱਲ ਜਿਹਨਾਂ ਦੇ ਘਰਾਂ ਵਿੱਚ ਮੈਂ ਰੋਟੀ ਖਾਧੀ ਆ ਪਰਮਾਤਮਾ ਨੂੰ ਚੜ੍ਹਦੇ ਕਰਨ ਲੱਗੇ ਜਦ ਦੀ ਐਸ ਘਰ ਆਉਣ ਲੱਗੇ ਰੋਟੀ ਬਣਾ ਕੇ ਲਿਆਉਂਦੀ ਹੁੰਦੀ ਆ ਪਰ ਇਹਦੀ ਪੇਸ਼ ਨਹੀਂ ਜਾਂਦੀ ਵੀ ਰੋਟੀ ਗਰਮ ਕਿਵੇਂ ਰਹੂ ਮਿਹਰਬਾਨੀ ਕਰਕੇ ਕੱਲ੍ਹ ਨੂੰ ਸਟੋਵ ਵੀ ਨਾਲ ਲਿਆ ਹੈਗਾ ਗੈਸ ਨਾ ਲੈ ਕੇ ਗੈਸ ਦਾ ਖਤਰਾ ਮੈਂ ਤਾਂ ਸਟੋਵ ਕਹਿੰਦਾ ਇਹਦੇ ਨਾਲ ਤਾਂ ਜ਼ੋਰਦਾਰ ਤਾੜੀ ਮੈਂ ਨਾ ਦੇਣ ਕਿੱਥੇ ਦਊਂਗਾ ਹਾਸੇ ਮਜ਼ਾਕ ਦੀਆਂ ਗੱਲਾਂ ਨੇ ਰੋਟੀ ਜੀ ਪਹਿਲੇ ਘਰਾਂ 'ਚ ਬਹੁਤ ਖਾਧੀ ਹੈ ਉਹਨਾਂ ਦਾ ਵੀ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਾਲੀਆ ਫਸ ਗਿਆ ਮਿੱਤਰੋ ਦੂਜਾ ਵਿਆਹ ਕਰਵਾ ਕੇ ਓਏ ਕਦੇ ਨਾ ਮਿਲਦੀ ਤੱਤੀ ਰੋਟੀ ਬਹਿ ਜਾ ਠੰਡੀਆਂ ਖਾ ਕੇ ਉਹ ਦੋਹਾਂ ਦੇ ਤਾਂ ਗਿਆਰਾਂ ਨਿਆਣੇ ਅਸਲੀ ਤਾਂ ਦੋ ਤਿੰਨ ਨੇ ਬਾਕੀ ਤਾਂ ਸਾਰੇ ਪਿੱਛੋਂ ਆਏ ਨੇ ਉਹ ਦੋਹਾਂ ਦੇ ਤਾਂ ਗਿਆਰਾਂ ਨਿਆਣੇ ਮੇਰੇ ਮੂਹਰੇ ਨਿਆਣੇ ਮੋਗੇ ਦੀ ਚੜ ਗਈਆਂ ਬਸ ਬਾਈ ਹੁਣ ਰੋਕੀ ਨਾ ਸਿੱਧਾ ਹੀ ਜਾ ਕੇ ਬਾਰਡਰ ਟਪਾ ਦੇ ਉਹ ਰੱਬ ਨੇ ਦਿੱਤੀਆਂ ਗਾਜਰਾਂ
ਹੱਥ ਦੋਨੇ ਬੰਨਦਾ ਨੀ ਮੇਰੇ ਵਾਲਾ ਪੰਗਾ ਨਾ ਲਿਓ ਮੈਂ ਕੰਨਾਂ ਨੂੰ ਲਾਵਾਂ ਹੱਥ